ਕਿਵੇਂ ਇਹਨਾਂ ਕਾਨਿਆਂ ਦੇ ਘਰ ਦੇ ਨਾਲ ਹੀ ਅੰਦਰ ਵੱਖ-ਵੱਖ ਕਮਰੇ ਬਣਾਏ ਨੇ ਰਸੋਈ ਬਣਾਈ ਹੈ ਤੁਹਾਨੂੰ ਮੈਂ ਸੈਰ ਕਰਾਉਣਾ ਅੰਦਰ ਜਾ ਕੇ ਤੁਸੀਂ ਵੇਖਿਓ ਕਿੱਡਾ ਸੋਹਣਾ ਨਜ਼ਾਰਾ ਮਿਲਦਾ ਤੁਹਾਨੂੰ ਆਹੀ ਦੇਖੋ ਤੁਸੀਂ ਕਿਵੇਂ ਮੜੇ ਪਏ ਨੇ ਇਹ ਐਨ ਪ੍ਰੋਪਰ ਸਾਹਮਣੇ ਇੱਕ ਇਹ ਐ ਲੱਗਦਾ ਜਿਵੇਂ ਪੁਰਾਣੇ ਆਪਾਂ ਕਿਸੇ ਜੰਗਲ ਦੀ ਕੁਟੀਆ 'ਚ ਹਨਾ ਇੱਦਾਂ ਆ ਗਏ ਇਹ ਵੇਖੋ ਤੁਸੀਂ ਅੰਦਰ ਆ ਕੇ ਇਹ ਇੱਕ ਕਮਰਾ ਹੋ ਗਿਆ ਇੱਧਰ ਭਾਜੀ ਨਿਕਲ ਰਹੇ ਨੇ ਦੂਜਾ ਹੋ ਗਿਆ ਇੱਧਰ ਬਾਹਰ ਨੂੰ ਜਾਂਦਾ ਰਸਤਾ ਉਹ ਗੇਟ ਮੇਨ ਦੇਖ ਸਕਦੇ ਤੁਸੀਂ ਅਤੇ ਉਸ ਤੋਂ ਬਾਅਦ ਆਹ ਜਿਹੜਾ ਅਲੱਗ ਇੱਕ ਕਮਰਾ ਹੋ ਗਿਆ ਉੱਤੇ ਵੇਖੋ ਤੁਸੀਂ ਸੋਲਰ ਲੱਗਿਆ ਪੈਨਲ ਅਤੇ ਇੱਧਰ ਮੇਨ ਚੀਜ਼ ਹੈਗੀ ਹੈ ਕਿ ਆਹ ਜਿਹੜਾ ਇਹਨਾਂ ਨੇ ਚੁੱਲ੍ਹਾ ਚੌਂਕਾ ਬਣਾਇਆ ਬੀਬੀ ਜੀ ਨੇ ਆਹ ਵੇਖੋ ਥੱਲੇ ਜਿਹੜੀ ਕਰਾਮਾਤ ਕਰੀ ਹੈ ਚੁੱਲ੍ਹ ਵਾਲੀ ਉਹ ਇਹ ਨੇ ਭਾਅ ਜੀ ਤੁਸੀਂ ਇਹਨੂੰ ਚੱਕੋ ਮੜਾ ਚੱਕ ਕੇ ਦਿਖਾਓ ਵੇਖ ਗਰਮ ਨਾ ਹੋਵੇ ਹਾਂ ਇਹਦੇ ਤੇ ਮਤਲਬ ਕੋਈ ਛੋਟੀ ਮੋਟੀ ਚੀਜ਼ ਪਾਣੀ ਪੂਣੀ ਗਰਮ ਕਰਨਾ ਹੋਵੇ ਇਹ ਯਾਨੀ ਕਿ ਮੇਨ ਯਾਨੀ ਕਿ ਗੈਸ ਦਾ ਵੱਡਾ ਚੁੱਲ੍ਹਾ ਆ ਗਿਆ ਇਹ ਆ ਗਿਆ ਛੋਟਾ ਚੁੱਲ੍ਹਾ ਇਹਦੇ ਤੇ ਬੰਦਾ ਚਾਹ ਰੱਖਦੇ ਪਾਣੀ ਗਰਮ ਪੀਣ ਵਾਸਤੇ ਤੇ ਆਹ ਪ੍ਰੋਪਰ ਇਹਨਾਂ ਚੌਂਕਾ ਕਹਿ ਲਓ ਕਿ ਜਿੱਦਾਂ ਬਣਾਇਆ ਬਿਲਕੁਲ ਲੱਕੜ ਵੀ ਵੇਖੋ ਹਿਸਾਬ ਦੀ ਵੀ ਇੱਕ ਹੀ ਲੱਗੀ ਹੈ ਪ੍ਰੋਪਰ ਤੇ ਪੂਰੀ ਅੱਗ ਖਾਣਾ ਵੇਖੋ ਤੁਸੀਂ ਕਿੱਦਾਂ ਤਿਆਰ ਹੋ ਰਿਹਾ ਹੈ ਦੇਖੋ ਤੁਸੀਂ ਅੱਗ ਦੇਖੋ ਕਿੱਦਾਂ ਮਗ ਰਹੀ ਹੈ ਜਿਹੜਾ ਵੱਡਾ ਚੁੱਲ੍ਹਾ ਆ ਦੇਖੋ ਅੰਦਰ ਕਿਵੇਂ ਮਗ ਰਹੀ ਹੈ ਚੀਜ਼ ਇੱਕ ਲੱਕੜੀ ਦੇ ਨਾਲ ਸਾਰਾ ਇਹ ਵੀ ਮਤਲਬ ਕਲਾ ਹੀ ਹੈ ਥੋੜਾ ਬਾਰਿਸ਼ ਚੌਖਾ ਹੋ ਜਾਂਦਾ ਉੱਤੇ ਫਿਰ ਨਾ ਪੱਲੀ ਪੁੱਲੀ ਦੇ ਦਿੰਦੇ ਹੁਣੇ ਅੱਛਾ ਅੰਦਰ ਵੀ ਹੈ ਵਾਹ ਜੀ ਵਾਹ ਤੇ ਵਿਹੜਾ ਵੀ ਇੱਧਰ ਹੈਗਾ ਸਾਰੇ ਇੱਥੇ ਬੈਠ ਕੇ ਖਾਣਾ ਖਾਣਾ ਜਾਂ ਕੁਛ ਕਰਨਾ ਤੇ ਇਹ ਯਾਨੀ ਕਿ ਬੈਡਰੂਮ ਹੈ ਭਾਈ ਇਹਨਾਂ ਦਾ ਜਿਵੇਂ ਜੇਕਰ ਇੱਥੇ ਵਿਹੜੇ 'ਚ ਪਾਣੀ ਆ ਗਿਆ ਤੇ ਆਹ ਚੀਜ਼ ਨੇ ਰੋਕ ਲੈਣਾ ਹਨਾ ਅੰਦਰ ਤਾਂ ਪਾਣੀ ਬਿਲਕੁਲ ਜਾਂਦਾ ਹੀ ਨਹੀਂ ਤੇ ਆਹ ਚੀਜ਼ ਹੈਗੀ ਕਿਹੜੀ ਹੈ ਕਾਨੇ ਨੇ ਇਹ ਕਾਨੇ ਸਾਡੇ ਇੱਥੇ ਕਹਿੰਦੇ ਜੀ ਨੜੇ ਸਾਡੇ ਇੱਥੇ ਨਾ ਜੀ ਨੜੇ ਕਹਿੰਦੇ ਨੜੇ ਹਾਂਜੀ ਮੈਨੂੰ ਮੈਂ ਤਾਂ ਕਹੂੰਗਾ ਕਿ ਕਾਨੇ ਮੈਂ ਤਾਂ ਕਾਨਿਆਂ ਦੀ ਕਹਿ ਦੂੰਗਾ ਵੀ ਕਾਨਿਆਂ ਦੀ ਇਹ ਝੌਂਪੜੀ ਹੈ ਨਾ ਬਾਕੀ ਸਾਡੇ ਉਰੇ ਨੇ ਜੀ ਇੱਥੇ ਇਹਨਾਂ ਨੂੰ ਨੜੇ ਸੱਦਦੇ ਅੱਛਾ ਵੀ ਬਾਂਸ ਲੱਗ ਜੀ ਜਾਂ ਨੜੇ ਲੱਗ ਜੀ ਇਹ ਪ੍ਰੋਪਰ ਇਹ ਤਾਂ ਚੰਗੀ ਸੋਲਿਡ ਚੀਜ਼ ਹੈ ਇਹ ਸੋਲਿਡ ਹੈ ਜੀ ਇਹਨੂੰ ਭਿੱਜੇ ਨਾ ਤਾਂ ਇਹ ਪੱਕੇ ਰਹਿੰਦੇ ਕਿੰਨਾ ਸਮਾਂ ਲੱਗ ਗਿਆ ਹੁਣ ਇਹਨੂੰ ਬਣਾਉਣ ਦੇ ਵਿੱਚ ਪੁੱਛਿਓ ਉਹਨਾਂ ਨੂੰ ਵਾਲਾ ਸਮਾਂ ਮੇਰੇ ਹਿਸਾਬ ਨਾਲ ਇੱਕ ਝੁੰਗੀ ਨੂੰ ਦੋ ਤਿੰਨ ਦਿਨ ਲੱਗ ਜਾਂਦੇ ਚਾਰ ਦਿਹਾੜੀ ਇੱਕ ਝੁੰਗੀ ਨੂੰ ਇੱਕ ਮਤਲਬ ਇੱਦਾਂ ਇਹ ਝੁੰਗੀ ਨੂੰ ਬਣਾਉਣ ਤੇ ਚਾਰ ਦਿਹਾੜੀ ਬੜੀ ਵਧੀਆ ਲੱਗੀ ਹੈ ਮੈਨੂੰ ਇਹ ਚਲੋ ਵੈਸੇ ਜੀ ਕੀਤਾ ਦਿਖਾਉਣ ਦੇ ਲਈ ਕਦੇ ਸਾਰਿਆਂ ਦੇ ਘਰ ਇਦਾਂ ਹੁੰਦੇ ਸੀ ਹੁਣ ਕੁਛ ਕੁਛ ਰਹਿ ਗਏ ਉੱਤੋਂ ਵੇਖਿਆ ਮੈਂ ਚੱਲ ਆਮ ਛੰਨ ਜੀ ਹੋਣੀ ਇਹ ਪਰ ਜਿਹੜੇ ਹਿਸਾਬ ਨਾਲ ਵੇਖ ਬਣਾਇਆ ਨਾ ਬਾਈਆਂ ਨੇ ਇੱਕ ਕਮਰਾ ਦੂਜਾ ਚੌਂਕਾ ਆ ਗਿਆ ਤੇ ਇੱਧਰ ਦੂਜਾ ਕਮਰਾ ਲਾਈਟ ਲੱਗੀ ਹੈ ਇਹ ਪਰਲੇ ਪਾਸੇ ਜੀ ਟੀ ਰੋਡ ਜਾਂਦਾ ਸੋ ਦੋਸਤੋ ਵੇਖਿਆ ਤੁਸੀਂ ਇਹ ਘਰ ਕਾਨਿਆਂ ਦਾ ਵੇਖਣ ਨੂੰ ਮੇਰਾ ਤੇ ਬੜਾ ਜੀ ਲੱਗਦਾ ਹੁੰਦਾ ਵੈਸੇ ਕਈਆਂ ਨੇ ਸ਼ੌਕੀਆ ਤੌਰ ਤੇ ਵੀ ਘਰ ਬਣਾਇਆ ਹੁੰਦਾ ਬਾਹਰ ਪਾਰਕ ਦੇ ਵਿੱਚ ਬੈਠਣ ਨੂੰ ਕਿਉਂਕਿ ਇਹਦੇ ਵਿੱਚ ਬੈਠ ਕੇ ਜਿਹੜਾ ਸਕੂਨ ਮਿਲਦਾ ਜਿਹੜੇ ਬੰਦਿਆਂ ਨੇ ਇਹਦੇ 'ਚ ਸਮਾਂ ਗੁਜ਼ਾਰਿਆ ਪੁਰਾਣਾ ਜਾਂ ਕਿਵੇਂ ਵੀ ਉਹ ਜ਼ਰੂਰ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਇਹ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਪਿੱਛੇ ਤੱਕ ਹੋਰ ਵੀ ਹੈਗੇ ਘਰ ਤੁਸੀਂ ਇੱਦਾਂ ਦੇਖੋਗੇ ਨਾ ਉਹ ਪਿੱਛੇ ਦੇਖੋ ਸਾਰੇ ਹੋਰ ਵੀ ਘਰ ਹੈਗੇ ਇਹ ਅਤੇ ਹੈਗੇ ਕਿੱਥੇ ਆ ਇਹ ਮੇਰੇ ਇੱਧਰ ਦੇਖ ਲਓ ਜੀ ਟੀ ਰੋਡ ਆ ਇਹ ਅਨੰਦਪੁਰ ਸਾਹਿਬ ਰੋਪੜ ਨੂੰ ਜਾਂਦੀਆਂ ਸੜਕਾਂ ਇਹ ਸਾਰੀਆਂ ਅਤੇ ਉਹ ਦੇਖੋ ਤੁਸੀਂ ਪਿੱਛੇ ਹੈਗੀਆਂ ਇੱਧਰ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਮਗਰ ਉਹ ਦੇਖ ਰਹੇ ਹੋ ਤੁਸੀਂ ਉੱਥੇ ਚੀਜ਼ ਇਹ ਸਾਰੀ ਹੈਗੀ ਹੈ ਸੋ ਰਾਹ ਜਾਂਦੇ ਨੂੰ ਮੈਂ ਦੇਖਿਆ ਤੇ ਮੈਨੂੰ ਵਧੀਆ ਲੱਗਾ ਮੈਂ ਚੱਲ ਇਹ ਚੀਜ਼ ਨੂੰ ਸ਼ੂਟ ਕਰਨਾ ਬਣਦਾ ਤੁਹਾਡੇ ਨਾਲ ਸ਼ੇਅਰ ਕਰਦਾ ਇਹ ਭਾਜੀ ਅੱਗੇ ਤੱਕ ਹੋਣੇ ਹਨਾ 15-20 ਘਰ ਹੈ ਜੀ ਪੂਰੇ 15-20 ਘਰ ਹਨਾ ਵੇਖ ਲਓ ਇੱਦਾਂ ਹੀ ਇਹ ਮੈਂ ਇੱਧਰੋਂ ਦਿਖਾਵਾਂ ਨਾ ਆਹ ਦੇਖੋ ਨਾ ਉਹ ਕਰਕੇ ਐਂ ਪ੍ਰੋਪਰ ਗਲੀ ਬਣੀ ਹੈ ਉਹ ਘਰ ਅੱਗੇ ਅੱਗੇ ਕਰਕੇ ਬਣੇ ਆ ਸਾਰੇ ਇਹ ਵਾਹ ਜੀ ਵਾਹ ਚਲੋ ਸ਼ੁਕਰ ਹੈ